ਤੁਹਾਡੀ ਤਾਲੀਆਂ ਦੀ ਗੂੰਜ ਵਿੱਚ ਮੁਹਤਰਮ ਸੈਦ ਆਕਿਲ ਸ਼ਾਹ ਸਾਹਿਬ ਸੇ ਗੁਜ਼ਾਰਿਸ਼ ਕਰਨਾ ਕਿ ਆਉਣ ਅਤੇ ਆਪਣੇ ਖਿਆਲਾਤ ਦਾ ਇਜ਼ਹਾਰ ਫਰਮਾਉਣ। Bismillah ar-Rahman ar-Rahim. Aaj is mehfil de guest of honor janab Sardar Mahtab Abbasi sahab Governor Khyber Pakhtunkhwa janab Ali Tokar sahab janab Ziauddin sahab Dr. Amjad sahab Ijaz Qureshi sahab Dr. Yasmin Sultana sahiba te meri ਭੈਣੋ ਅਤੇ ਭਰਾਓ ਵਕਤ ਤਾਂ ਕਾਫੀ ਹੋ ਗਿਆ ਔਰ ਕਾਫੀ ਨਾ ਵਕਤ ਹੈ ਮੇਰੇ ਬਾਅਦ ਗਵਰਨਰ ਸਾਹਿਬ ਵੀ ਆਪਣੇ ਖਿਆਲਾਤ ਦਾ ਇਜ਼ਹਾਰ ਕਰ ਸਨ ਮਗਰ ਦੋ ਚਾਰ ਗੱਲਾਂ ਇਸ ਵਾਸਤੇ ਜ਼ਰੂਰ ਕਰ ਸਾਂ ਕਿ ਹਿੰਦਕੋ ਬੋਲਣ ਦਾ ਮੌਕਾ ਬਹੁਤ ਘੱਟ ਮਿਲਦਾ ਅਸੀਂ ਤਾਂ ਤਰਸ ਗਏ ਕਿ ਤੇਰੇ ਹਿੰਦਕੋ ਵੀ ਤਕਰੀਰ ਕਰੀਏ ਪਿਛਲੇ ਦਿਨਾਂ 'ਚ ਮੈਂ ਅਮਰੀਕਾ ਗਿਆ ਅੰਗਰੇਜ਼ੀ ਬੋਲ ਬੋਲ ਕੇ ਮੂੰਹ ਥੱਕ ਗਿਆ ਤੁਸੀਂ ਕੋ ਗੰਢੇਰੀਆਂ ਚੂਸਦਾ ਰਿਹਾ ਉੱਥੇ ਭਲਾ ਕਰੇ ਖੁਦਾ ਡਾਕਟਰ ਸਾਹਿਬ ਦਾ ਇਹਨਾਂ ਨੇ ਇੱਕ ਦਿਨ ਆਪਣੇ ਘਰ ਬੁਲਾ ਲਿੱਤਾ ਟੋਲੇਟੋ 'ਚ ਉੱਥੇ ਚਲੇ ਗਏ ਇਹਨਾਂ ਦੇ ਘਰ ਅਤੇ ਸਵਿਮਿੰਗ ਪੂਲ ਦੇ ਨਾਲ ਫਸਟ ਕਲਾਸ ਇਹਨਾਂ ਨੇ ਇਹ ਗੁਜਰਾ ਬਣਾਇਆ ਵਿੱਚ ਮੰਜੀਆਂ ਵੀ ਪਈਆਂ ਅਤੇ ਮੁਤੱਕੇ ਵੀ ਪਏ ਕਾਬੋ ਵੀ ਮਿਲਿਆ ਅਤੇ ਇਹਨਾਂ ਦੇ ਘਰ 'ਚ ਇਹ ਟ੍ਰੈਡੀਸ਼ਨ ਨਾ ਲੈ ਕੇ ਗਏ ਸਿਰਫ ਇਹ ਨਹੀਂ ਕਿ ਹਿੰਦਕੋ ਬੋਲ ਦੇਣ ਇਹਨਾਂ ਦੇ ਘਰ 'ਚ ਤੁਹਾਨੂੰ ਅਮਰੀਕਾ 'ਚ ਵੜੀਆਂ ਵੀ ਮਿਲ ਸਨ ਮਿੱਠੀ ਹਲੀਮ ਵੀ ਮਿਲ ਸੀ ਕਿਧਰੇ ਕਚਨਾਰ ਵੀ ਮਿਲ ਜਾ ਸੀ ਸ਼ੀਰ ਚਾਹ ਵੀ ਮਿਲ ਜਾ ਸੀ ਅਤੇ ਨੁਕਰੀ ਰੋਟੀ ਵੀ ਮਿਲ ਜਾ ਸੀ ਬਾਹਰ ਇਹਨਾਂ ਨੂੰ ਬੈਠੇ ਕੁਛ ਦੇਰ ਔਰ ਖੂਬ ਦਿਲ ਖੋਲ੍ਹ ਕੇ ਸੁਣੇ ਉੱਥੇ ਹਿੰਦਕੋ ਬੋਲੀ ਤੁਹਾਨੂੰ ਸਭ ਨੂੰ ਪਤਾ ਕਿ ਡਾਕਟਰ ਸਾਹਿਬ ਨੇ ਜਿਹੜੀ ਗੱਲ ਕੀਤੀ ਕਿ ਇਹ ਜ਼ੁਬਾਨ ਨਜ਼ਰਅੰਦਾਜ਼ ਕੀਤੀ ਗਈ ਹੈ ਇਹ ਹਕੀਕਤ ਹੈ ਔਰ ਸਾਡੇ ਸੂਬੇ 'ਚ ਅਗਰ ਤੁਸੀਂ ਡੇਰਾ ਇਸਮਾਇਲ ਖਾਨ ਤੋਂ ਲੈ ਕੇ ਕੋਹਿਸਤਾਨ ਤੱਕ ਜਾਓ ਅਤੇ ਜਿਸ ਵੇਲੇ ਤੁਸੀਂ ਦਰਿਆ ਪਾਰ ਕਰਦੇ ਹੋ ਅਤੇ ਜਿੱਥੇ ਸਰਾਇਕੀ ਖਤਮ ਹੁੰਦੀ ਹੈ ਉੱਥੇ ਡੇਰਾ ਇਸਮਾਇਲ ਖਾਨ 'ਚ ਹਿੰਦਕੋ ਸ਼ੁਰੂ ਹੋ ਜਾਂਦੀ ਅੱਗੇ ਆਓ ਤਾਂ ਤੁਹਾਨੂੰ ਕੁਆਟ 'ਚ ਹਿੰਦਕੋ ਮਿਲ ਸੀ ਪਿਸ਼ਾਵਰ ਜਿੱਦਾਂ ਉਹ ਤਾਂ ਹਿੰਦਕੋ ਹੀ ਹਿੰਦਕੋ ਹੈ ਯਾਨੀ ਇੱਥੇ ਐਸੇ ਐਸੇ ਪੋਕਿਟ ਸਨ ਕਿ ਇੱਥੋਂ ਬੜੀ ਨਜ਼ਦੀਕ ਇੱਕ ਜਗ੍ਹਾ ਜਿਸਦੇ ਇਰਦ ਗਿਰਦ ਮੁਕੰਮਲ ਪਸ਼ਤੋ ਬੋਲੀ ਜਾਂਦੀ ਹੈ ਲੈਂਡੀ ਅਰਬਾਬ ਹੈ ਜਾਂ ਉਸਦੇ ਨਾਲ ਪਾੜਾ ਮਾਣੀ ਹੈ ਮਗਰ ਉਸ 'ਚ ਇੱਕ ਪੋਕਿਟ ਇਸ ਤਰ੍ਹਾਂ ਜਿਹਨੂੰ ਡੇਰੀ ਬਖਬਨਾਨ ਕਹਿੰਦੇ ਨੇ ਡੇਰੀ ਬਖਬਨਾਨ 'ਚ ਬਗੈਰ ਹਿੰਦਕੋ ਅਤੇ ਹੋਰ ਕੋਈ ਜ਼ੁਬਾਨ ਨਹੀਂ ਬੋਲੀ ਜਾਂਦੀ ਇੱਥੋਂ ਨਿਕਲੋ ਤੁਸੀਂ ਤੇ ਵਟਪਗਾ ਹੈ ਖਾਲਸਾ ਪਖਾ ਗੁਲਾਮ ਹੈ ਪੁਲੀ ਪੁਲੀ ਵਹਿਣੀ ਹੈ ਅਤੇ ਤੂਤਾਂ ਤਲੇ ਮੁਰਗਈਆਂ ਨੂੰ ਉਡਾਉਣੀ ਹੈ ਹਿੰਦਕੋ ਹੈ ਅੱਗੇ ਜਾਓ ਤੁਸੀਂ ਤਿਸਲੇ ਕੈਮਲਪੁਰ ਪਹੁੰਚ ਜਾਓ ਗੁਰਗੁਸ਼ਤੀ ਹੈ ਅਟਕ ਹੈ ਟੋਟਲ ਹਿੰਦਕੋ ਹੈ ਉਦੋਂ ਜਿਸੇ ਤੁਸੀਂ ਤਲੇ ਜਾਓ ਸੋ ਸੰਦਾਲ ਕਰੋ ਅਗਰ ਪਿੰਡੀ ਦੀ ਤਰਫ ਜਾਓ ਤਲਾ ਗੰਗ ਤੱਕ ਹਿੰਦਕੋ ਬੋਲੀ ਜਾਂਦੀ ਹੈ ਉਧਰੋਂ ਮਰੀ ਵੱਲੋਂ ਫਿਰ ਕੇ ਆਓ ਅਤੇ ਗਲੀਆਤ ਅਤੇ ਗਵਰਨਰ ਸਾਹਿਬ ਦਾ ਗ੍ਰਾਮ ਠੰਡਿਆਨੀ ਉਸ ਕੋਲ ਤਲੇ ਆਓ ਮਨਸੇਰੇ ਤੱਕ ਹਿੰਦਕੋ ਹੈ ਮਨਸੇਰੇ ਕੋਲ ਲੱਗੇ ਬਟ ਗ੍ਰਾਮ ਵਿੱਚ ਹਿੰਦਕੋ ਬੋਲੀ ਜਾਂਦੀ ਬੇਸ਼ਾਮ ਤੱਕ ਹਿੰਦਕੋ ਬੋਲੀ ਜਾਂਦੀ ਅਗਰ ਤੁਸੀਂ ਹਸਪਤਾਲ ਵੱਲੋਂ ਜਾਓ ਹਵੇਲੀਆਂ 'ਚ ਟੋਟਲ ਹਿੰਦਕੋ ਹੈ ਹਰੀਪੁਰ 'ਚ ਟੋਟਲ ਹਿੰਦਕੋ ਹੈ ਐਬਟਾਬਾਦ 'ਚ ਟੋਟਲ ਹਿੰਦਕੋ ਹੈ ਮਗਰ ਇਹ ਜ਼ੁਬਾਨ ਨੂੰ ਨਜ਼ਰਅੰਦਾਜ਼ ਕਿਉਂ ਕੀਤਾ ਗਿਆ ਇੰਨੀ ਅਜੀਬ ਗੱਲ ਇਹ ਕਿ ਤੁਸੀਂ ਇਹ ਦੇਖੋ ਕਿ ਇਸ ਵੇਲੇ ਪਾਕਿਸਤਾਨ ਟੈਲੀਵਿਜ਼ਨ ਜਿਹੜਾ ਉਸ ਮੈਨੂੰ ਨਹੀਂ ਲੱਗਦਾ ਕਿ ਕੋਈ ਹਿੰਦਕੋ ਦਾ ਕੋਈ ਪ੍ਰੋਗਰਾਮ ਹੁੰਦਾ ਔਰ ਤੁਹਾਨੂੰ ਮੈਂ ਹਿੰਦਕੋ ਦੇ ਜੋ ਅਸੀਂ ਛੋਟੇ ਹਾਂ ਅਤੇ ਜੋ ਹਿੰਦਕੋ ਦੇ ਸਾਨੇ ਪ੍ਰੋਗਰਾਮ ਦੇਖੇ ਅਤੇ ਜਿਸ ਤਰੀਕੇ 'ਤੇ ਮੀਡੀਆ 'ਤੇ ਹਿੰਦਕੋ ਆਈਏ ਉਹਦੇ ਮੈਂ ਤੁਹਾਨੂੰ ਦੋ ਚਾਰ ਚੀਜ਼ਾਂ ਦੱਸਣਾ ਚਾਹੁੰਦਾ ਹਿੰਦਕੋ ਪ੍ਰੋਗਰਾਮ ਜਿਸ ਵੇਲੇ ਪੀ ਟੀ ਵੀ 'ਤੇ ਸ਼ੁਰੂ ਹੋਇਆ ਅਤੇ ਇਹ ਸ਼ੁਰੂ ਕੀਤਾ ਗਿਆ ਪੀ ਟੀ ਵੀ ਰਾਵਲ ਪਿੰਡੀ ਇਸਲਾਮਾਬਾਦ ਅਤੇ ਚਕਲਾਲਾ ਦਾ ਟਾਈਮ ਆਇਆ ਉਸ ਵੇਲੇ ਆਗੋਸ਼ ਕੋਹਿਸਤਾਨ ਉਸ ਕੋਲੋਂ ਬਾਅਦ ਪਾਇਨੀਅਰ ਸਿੰਗਰ ਦੇ ਜਵੇਦ ਅਖਤਰ ਆਏ ਨਜੀਫ ਅਲੀ ਆਏ
माजबिंग गजरबाज पश्तो गांधी फिर पेशावर टीवी कायम होया सन 1974 च ततियां छावा उसरे दा प्रोग्राम आया और ओ लिखया जनाब जोर नहीं मीर ते ओ डायरेक्ट कीता हजार रहमान साहब ने सामने ते शरीफ रख दन इन्होंने मैंने इस्लामाबाद तो बुलाया एक इंटरनेशनल कॉन्फ्रेंस है तुर्की तो लोग आए अमरीका तो लोग आए और शर्मिल चौहान जी ने शुरू की थी इतने इनको वो लंदन तो तशरीफ लाए में ना ले गए फिर उस वेले जितने भी इनको दे आर्टिस्ट आए उन्होंने काम किया जनाब मरूम अब्दुल वदूद मंजर साहब नजीबुल अंजुम साहब और सामने तशरीफ दें फखरम साढ़े शहर दिलावर नदीम साहब आए सफिया रानी प्रोफेसर रफीक फिर एक प्रोग्राम शुरू हुआ जिन्हों इनको लोग विरसा कहते हैं देखता जानता रहे और लाला फिदनो तुसी बोले नहीं सकते हो फिर लोग मसीकी की गल करो मरूम नसीम जान साहब की गल हो सी मुख्तार अली साहब की गल हो सी नैयर साहब की गल हो सी और फिर उस किस्म के आर्टिस्ट हाल च फोत हैं सलाउद्दीन साहब इफ्तार कैसर साहब मौजूद और खुदा जिंदा रखे उन्होंने मिसेज शम्स साहिबा तो ये सारे इनको कल्चर दे ये बानी आए उन तुसी ये देखो कि इनको ऐसा ऐसा जड़ी है वो खत्म है जिसने भी बाहर जाना पाकिस्तान तो जितने भी मेरे रिश्तेदार हैं उन्होंने कार में जो भी जाऊँ तो उन्होंने मैं ये रिक्वेस्ट करना कि तुसी मेरा बानी करके कार कम अज कम अपने बच्चे दान इनको बोला करो क्योंकि अंग्रेजी तो स्कूल भी जाके सीख जा सन इस तरीके से असं इनको अगर लैके चल सकने गवर्नर साहब की मौजूदगी को मैं फायदा उठाना चाहना और इन्होंने कहना चाहना चाहिए इंस्ट्रक्शन देवन कि पी टी वी के उत्ते कम अज कम प्राइवेट चैनल चूंकि कमर्शियल चैनल होंगे उन्होंने वो नहीं पता कि तरीकाकार है मगर पी टी वी के उत्ते खुदारा तुम इनको तो प्रोग्राम शुरू करो यानी इनको तरस गए लोग और सामने वो बैठे हो पारस इन कौन सुन सी सारे तक महफिल गाल बुला के सुन ले सी मगर बाकी लोग जड़े इनको वो किस तरह पहचानते हैं किस तरह सुन सन इनको एक जुबान है मुकम्मल जुबान है इस ग्रामर मौजूद है इस मेरा ख्याल है कि लोगों के उत्ते कम किया जाता पाया कई किताबं लिखी गई और मैं शहर च रेंदे हुए अपने तमाम जितने भी थे आखिर च मैं गंदारा हिंदको अकैडमी दे इन्होंने बड़ी काविश की और बड़ी मुश्किल से इतने पहुंचे और मैं इन्होंने दुआ गोवा और मैंने पहले भी जस कुरैशी साहब ने पहले भी गल की उन भी की कि मैं पिछोरी हाँ सन ऑफ द सॉइल मैं फख्र है इनको बोलने थे मेरा वालिद भी इनको बोलता है और मेरी वालदा तो खास जहांगीरपुरा च पैदा हुई तो सानू इस किस्म की महफिल तुम प्रोवाइड कर दो खुदा तुम्हें हिम्मत देवे तो खुदा तुम अपने इस मिशन कामयाब करे तो तमाम का खुदा हामी नासिर होवे खुश रहो ते आबाद रहो।